ਬਿੱਲਾ ਘਰੇ ਪਿਆ, ਅੱਖਾਂ ਦੋਨਾਂ ਆਪਦੇ ਸਿਰ ਚ ਮੁੱਕੀਆਂ ਮਾਰਦਾ। ਅੱਖਾਂ ਤੋਂ ਅੰਨਾ ਹੋ ਗਈ, ਇੰਨੀ ਜ਼ੋਰ ਜ਼ੋਰ ਦੀ ਮੁੱਕੀਆਂ ਮਾਰਦਾ। ਪਰ ਬਿੱਲਾ ਤੁਰਨ ਲੱਗ ਗਿਆ, ਬਿੱਲਾ ਤੁਰ ਨਹੀਂ ਸਕਦਾ ਜ਼ਿਆਦਾ, ਬਿੱਲਾ ਜੁੜਿਆ ਪਿਆ ਸਰੀਰ ਮਸਾ ਹੀ ਉੱਠਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਬਿੱਲਾ ਜੀ, ਬਿੱਲਾ ਵੀਰਾ ਤੇ ਇਹ ਚੰਨੀ ਵੀਰਾ, ਤੇ ਨਾਲ ਇਹਨਾਂ ਦੇ ਮੰਮੀ ਮਾਤਾ ਦਾ ਕੀ ਨਾਮ ਹੈ? ਚੰਨੀ ਕ੍ਰਿਸ਼ਨਾ। ਤੇ ਇਹ ਤਿੰਨੋਂ ਮੈਂਬਰਾਂ ਨੂੰ ਜਦੋਂ ਅਸੀਂ ਲੈ ਕੇ ਆਏ ਸੀ ਗੁਰੂ ਹਰ ਸਹਾਇ ਤੋਂ, ਤਸਵੀਰਾਂ ਦੇਖੋ ਬਸ, ਕੁਛ ਦੱਸਣ ਦੀ ਲੋੜ ਨਹੀਂ ਕੀ ਸੀ ਤਸਵੀਰਾਂ। ਚੰਨੀ ਵਿਚਾਰਾ ਮੁਫ਼ਤ ਦੇ ਵਿੱਚ ਕਿਸੇ ਦੇ ਕੰਮ ਕਰਦਾ ਸੀ, ਬਾਥਰੂਮ ਲੈਟਰੀ ਨਾ ਸਾਫ, ਇੱਕ ਸਿਨੇਮਾ ਸੀ ਬੰਦ ਪਿਆ, ਉਹਦੀ ਰਾਖੀ ਕਰਦਾ ਸੀ, ਉਹਦੀ ਕੇਅਰ ਕਰਦੇ। ਬਿੱਲਾ ਘਰੇ ਪਿਆ, ਅੱਖਾਂ ਤੋਂ ਅੰਨਾ ਆਪਦੇ ਸਿਰ 'ਚ ਮੁੱਕੀਆਂ ਮਾਰਦਾ, ਇੰਨੀ ਜ਼ੋਰ ਜ਼ੋਰ ਦੀ ਮੁੱਕੀਆਂ ਥੱਪੜ ਮਾਰਦਾ, ਸਾਰਾ ਮੂੰਹ ਆ ਕਾਲਾ ਕੀਤਾ ਪਿਆ, ਸੁੱਜਿਆ ਪਿਆ ਸੀ, ਅੱਖਾਂ ਏਡੇਡੀਆਂ, ਅੱਖਾਂ ਤੋਂ ਅੰਨਾ ਹੋ ਗਈ, ਇੰਨੀ ਜ਼ੋਰ ਜ਼ੋਰ ਦੀ ਮੁੱਕੀਆਂ ਮਾਰ ਮਾਰ ਕੇ। ਨਾ ਘਰ 'ਚ ਲੈਟਰੀਨ ਸੀ, ਨਾ ਵਾਸ਼ਰੂਮ ਸੀ, ਮਾਂ ਵਿਚਾਰੀ ਕਿਵੇਂ ਨਾ ਕਿਵੇਂ ਪੁੱਤ ਨੂੰ ਰੋਟੀ ਖਵਾਉਂਦੀ ਸੀ, ਭਲਾ ਹੋਵੇ ਉਹਨਾਂ ਦਾ ਜਿਹੜੇ ਰਾਸ਼ਨ ਦੇ ਦਿੰਦੇ ਸੀ ਕੋਈ ਮਾੜਾ ਮੋਟਾ। ਤੇ ਅੱਜ ਇਹ ਤਿੰਨੋਂ ਮੈਂਬਰ ਸੁਪਨਿਆਂ ਦੇ ਘਰ 'ਚ ਰਹਿੰਦੇ ਨੇ। ਬਿੱਲੇ ਵੀਰੇ ਦੀ ਅੱਖਾਂ ਦੀ ਲਾਈਟ ਤਾਂ ਨਹੀਂ ਵਾਪਸ ਆ ਸਕਦੀ, ਡਾਕਟਰ ਕਹਿੰਦੇ, ਪਰ ਬਿੱਲਾ ਤੁਰਨ ਲੱਗ ਗਿਆ, ਪਹਿਲਾਂ ਤੁਰ ਨਹੀਂ ਸਕਦਾ ਸੀ ਜ਼ਿਆਦਾ, ਬਿੱਲਾ ਜੁੜਿਆ ਪਿਆ ਸਰੀਰ ਮਸਾ ਹੀ ਉੱਠਦਾ ਸੀ। ਚੰਨੀ ਸਾਰਾ ਦਿਨ ਬਿੱਲੇ ਦੀ ਸੇਵਾ ਕਰਦਾ, ਨਾਲ ਹੋਰ ਮਰੀਜ਼ਾਂ ਦੀ ਵੀ ਸੇਵਾ ਕਰਾਉਂਦਾ, ਇਹਨਾਂ ਦੀ ਮੰਮੀ ਕ੍ਰਿਸ਼ਨਾ ਵੀ ਕਿਤੇ ਸੇਵਾ ਕਰਦੀ ਹੈ, ਨਾਲੇ ਆਪਣੇ ਪੁੱਤ ਨੂੰ ਸਾਂਭਦੀ ਆ, ਬਿੱਲੇ ਨੂੰ ਤੁਸੀਂ ਦੇਖਦੇ ਹੋ ਸਾਈਕਲ ਚਲਾਉਂਦੇ ਨੂੰ, ਅਤੇ ਹਰ ਰੋਜ਼ ਫਿਜ਼ੀਓਥਰੈਪੀ ਵਾਰਡ ਦੇ ਵਿੱਚ ਫਿਜ਼ੀਓ ਕਰਦਾ, ਅਤੇ ਨਾਲ ਸਾਈਕਲਿੰਗ ਕਰਦਾ, ਨਾਲੇ ਤੁਰਦਾ ਵੀ ਆ, ਹੁਣ ਵਾਕ ਵੀ ਕਰਦਾ। ਫਿਰ ਬਸ ਅਰਦਾਸ ਕਰਿਓ ਅਤੇ ਤਿੰਨੋਂ ਮਾਂ ਪੁੱਤ ਚੜ੍ਹਦੀ ਕਲਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰਨ। ਇਹ ਵਾਰੀ ਸਾਡੀ ਕੀਤੀ ਹੋਈ ਛੋਟੀ ਜਿਹੀ ਕੋਸ਼ਿਸ਼ ਜ਼ਿੰਦਗੀ ਨੂੰ ਬਦਲ ਸਕਦੀ ਹੈ। ਧੰਨਵਾਦ ਆ ਰਾਜਨ ਵੀਰੇ ਹੋਰਾਂ ਦਾ ਅਤੇ ਦੂਸਰੇ ਵੀਰਾਂ ਦਾ ਜਿਨ੍ਹਾਂ ਨੇ ਇਹਨਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।